ਮੈਂ ਤੁਸੀਂ ਬਦਮਾਸ਼ੀ ਕਰਦੇ ਪਏ ਹੋ, ਮੇਰੀ ਸੋਹਣੇ ਵਾਲੀ ਗੱਲ ਸੁਣ ਲਾ ਮੇਰੀ ਸਾਨੀ। ਮੈਂ ਤੈਨੂੰ ਹੁਣ ਬਲਾਸਟਰ ਕਹਿ ਰਿਹਾ ਤੈਨੂੰ, ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ, ਮੈਂ ਬੰਦਿਆਂ ਮੂੰਹ ਗੱਲ ਕਰ ਰਿਹਾ, ਮੈਂ ਤੇਰੀ ਕੰਪਲੇਂਟ ਲੈ ਰਹੀ ਆ, ਮੈਂ ਤੈਨੂੰ ਸੈਂਸ ਆਫ ਇਹੀ ਗੱਲ ਕਰਦਾ, ਹਰ ਚੀਜ਼ ਦੀ ਲਿਮਿਟ ਹੁੰਦੀ ਹੈ, ਲਿਮਿਟ ਤੋਂ ਮੈਂ ਕੋਈ ਲਿਮਿਟ ਕਰਾਉ, ਠੀਕ ਹੈ, ਲੇਡੀ ਨੂੰ ਚਾਰ ਵਾਰੀ ਬਾਹਰ, ਮੈਂ ਜਿਹੜੀ ਤੈਨੂੰ ਗੱਲ ਤੁਹਾਨੂੰ ਮੈਂ ਹੁਣ ਸਾਫ ਗੱਲ ਦੱਸਦੀ ਹੈ, ਠੀਕ ਹੈ, ਤੈਨੂੰ ਸਾਫ ਗੱਲ ਦੱਸਦੀ ਆ ਮੈਂ, ਯਾਰ ਉੱਚੀ ਬੋਲ ਕੇ ਕੁਛ ਹੋ ਜਾ, ਮੈਂ ਜਿਹੜੀ ਤੈਨੂੰ ਮੈਂ ਗੱਲ ਦੱਸਦਾ ਪਿਆ, ਮੈਂ ਉੱਚੀ ਨਹੀਂ ਬੋਲਦਾ, ਮੈਂ ਚੋਰ ਹਾਂ, ਮੈਂ ਤੈਨੂੰ ਕਹਿੰਦਾ ਚੋਰ ਹਾਂ, ਤੇਰੀ ਦਰਖਾਸਤ ਲੈ ਲਈ ਹੈ, ਮੈਂ ਚੋਰ ਹਾਂ, ਮੈਂ ਚੋਰ ਨਹੀਂ, ਮੈਂ ਚੋਰ ਹਾਂ, ਮੈਂ ਤੈਨੂੰ, ਮੈਂ ਕਮ ਮਹੱਲੇ ਦਾ ਮੋਹਤਰ, ਮੈਂ ਤੈਨੂੰ, ਮੈਂ ਮੋਹਤਰ ਮੈਂ ਹੀ ਦੇਦਾ, ਮੈਂ ਚੌਂਕੀਦਾਰ ਇੱਥੇ, ਤੇ ਮੈਂ ਕੀ ਹਾਂ, ਮੈਂ ਚੌਂਕੀਦਾਰ, ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੈਨੂੰ, ਮੈਂ ਚੋਰ ਹਾਂ, ਮੈਂ ਕਹਿ ਰਿਹਾ ਤੈਨੂੰ, ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਾਂਦਾ ਹੈ, ਦਿਮਾਗ ਖਰਾਬ ਕੀਤਾ ਤੇਰਾ, ਇੱਕ ਮਿੰਟ, ਤੇਰੇ ਵਰਗਾ ਬਹੁਤ ਦੇਖ ਲਿਥੇ ਭਾਈ, ਮਾਰ ਮਤ ਸੀਟ ਕੱਢ ਦੋ ਨਾ ਭਾਈ, ਤੇ ਸਾਹਿਬ ਦੀ ਚੌਂਕੀ ਇੰਚਾਰਜ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਮਹੱਲੇ ਦੇ ਮੋਹਲਵਾਰ ਬੰਦੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਇਸੇ ਗੱਲ ਤੇ ਰਿਹਾ ਭਾਈ, ਇਸੇ ਗੱਲ ਤੇ ਰਿਹਾ, ਸਾਹਿਬ ਦੀ ਇੰਚਾਰਜ ਸਾਹਿਬ ਦੇ ਵੱਲੋਂ ਜਿਹੜੀ ਜਾਂਚ ਕਰੋ ਦੀ ਬਦਤਮੀਜ਼ੀ ਕੀਤੀ ਕੀਤੀ ਜਾ ਰਹੀ ਆ, ਇੰਚਾਰਜ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ, ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ, ਮਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਸਿਮਲਾਪੁਰੀ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮਹੱਲੇ ਦੇ ਉਮੀਦਵਾਰ ਅਮਨ ਸੈਣੀ ਬੀਜੇਪੀ ਤੋਂ, ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ, ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਸਰ, ਮੈਂ ਤੁਸੀਂ ਬਦਮਾਸ਼ੀ ਕਰਦੇ ਪਏ ਹੋ, ਮੈਂ ਮੇਰੀ ਸੋਹਣੇ ਵਾਲੀ ਗੱਲ ਸੁਣ ਲਾ ਮੇਰੀ ਸਾਨੀ, ਮੈਂ ਤੈਨੂੰ ਹੁਣ ਤੁਹਾਨੂੰ ਬਲਾਸਟਰ ਕਹਿ ਰਿਹਾ ਤੈਨੂੰ, ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ, ਮੈਂ ਕਹਿ ਰਿਹਾ, ਮੈਂ ਵੀ ਕਹਿ ਰਿਹਾ, ਪਿਆਰ ਨਾਲ ਗੱਲ ਕਰੋ, ਬੰਦਿਆਂ ਮੂੰਹ ਗੱਲ ਕਰ ਰਿਹਾ, ਮੈਂ ਤੇਰੀ ਕੰਪਲੇਂਟ ਲੈ ਰਹੀ ਆ, ਮੈਂ ਤੈਨੂੰ ਸੈਂਸ ਆਫ ਇਹੀ ਗੱਲ ਕਰਦਾ, ਹਰ ਚੀਜ਼ ਦੀ ਲਿਮਿਟ ਹੁੰਦੀ ਹੈ, ਲਿਮਿਟ ਤੋਂ ਮੈਂ ਕੋਈ ਲਿਮਿਟ ਕਰਾਉ, ਠੀਕ ਹੈ, ਲੇਡੀ ਨੂੰ ਚਾਰ ਵਾਰੀ ਬਾਹਰ, ਮੈਂ ਜਿਹੜੀ ਤੈਨੂੰ ਗੱਲ ਤੁਹਾਨੂੰ ਮੈਂ ਹੁਣ ਸਾਫ ਗੱਲ ਦੱਸਦੀ ਹੈ, ਠੀਕ ਹੈ, ਤੈਨੂੰ ਸਾਫ ਗੱਲ ਦੱਸਦੀ ਮੈਂ, ਯਾਰ ਉੱਚੀ ਬੋਲ ਕੇ ਕੁਛ ਹੋ, ਮੈਂ ਜਿਹੜੀ ਤੈਨੂੰ ਮੈਂ ਗੱਲ ਦੱਸਦਾ ਪਿਆ, ਮੈਂ ਉੱਚੀ ਨਹੀਂ ਬੋਲਦਾ, ਮੈਂ ਚੋਰ ਹਾਂ, ਮੈਂ ਤੈਨੂੰ ਕਹਿੰਦਾ ਚੋਰ ਹਾਂ, ਤੇਰੀ ਦਰਖਾਸਤ ਲੈ ਲਈ ਹੈ, ਮੈਂ ਚੋਰ ਹਾਂ, ਫਿਰ ਤੁਰ, ਨਹੀਂ ਮੈਂ ਚੋਰ ਹਾਂ, ਮੈਂ ਤੈਨੂੰ, ਮੈਂ ਕਮ ਮਹੱਲੇ ਦਾ ਮੋਹਤਰ, ਮੈਂ ਤੈਨੂੰ, ਮੈਂ ਮੋਹਤਰ ਮੈਂ ਹੀ ਦੇਦਾ, ਮੈਂ ਚੌਂਕੀਦਾਰ ਇੱਥੇ, ਤੇ ਮੈਂ ਕੀ ਹਾਂ, ਮੈਂ ਚੌਂਕੀਦਾਰ, ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੈਨੂੰ, ਮੈਂ ਚੋਰ ਹਾਂ, ਮੈਂ ਕਹਿ ਰਿਹਾ ਤੈਨੂੰ, ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਾਂਦਾ ਹੈ, ਦਿਮਾਗ ਖਰਾਬ ਕੀਤਾ ਤੇਰਾ, ਇੱਕ ਮਿੰਟ, ਤੇਰੇ ਵਰਗਾ ਬਹੁਤ ਦੇਖ ਲਿਥੇ ਭਾਈ, ਮਾਰ ਮਤ ਸੀਟ ਕੱਢ ਦੋ ਨਾ ਭਾਈ, ਦੇਖ ਸਕਦੇ ਹੋ ਕਿ ਚੌਂਕੀ ਇੰਚਾਰਜ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਮਹੱਲੇ ਦੇ ਮੋਹਲਵਾਰ ਬੰਦੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਇਸੇ ਗੱਲ ਤੇ ਰਿਹਾ ਭਾਈ, ਇਸੇ ਗੱਲ ਤੇ ਦੇਖ ਸਕਦੇ ਹੋ ਕਿ ਇੰਚਾਰਜ ਸਾਹਿਬ ਦੇ ਵੱਲੋਂ ਜਿਹੜੀ ਜਾਂਚ ਕਰੋ ਦੀ ਬਦਤਮੀਜ਼ੀ ਕੀਤੀ ਜਾ ਰਹੀ ਆ, ਇੰਚਾਰਜ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ, ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ, ਮਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ, ਠੀਕ ਆ ਠੀਕ ਆ, ਤੁਸੀਂ ਦੇਖ ਸਕਦੇ ਹੋ ਕਿ
ਸੁਰਲਾਪੁਰ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮਹੱਲੇ ਦੇ ਉਮੀਦਵਾਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ, ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ।
ਸੋ ਮੁਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਇੰਚਾਰਜ ਵੱਲੋਂ ਜਿਹੜੇ ਮੁਹੱਲੇ ਦੇ ਉਮੀਦਵਾਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੈਂ ਤੈਨੂੰ ਸੈਂਸ ਆਫ ਇਹੀ ਗੱਲ ਕਰਦਾ ਹਾਂ ਚੀਜ਼ ਦੀ ਲਿਮਿਟ ਹੁੰਦੀ ਹੈ ਲਿਮਿਟ ਤੋਂ ਮੈਂ ਕੋਈ ਲਿਮਿਟ ਕਰਾਓ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਤੁਹਾਨੂੰ ਮੈਂ ਹੁਣ ਸਾਫ ਗੱਲ ਦੱਸਦੀ ਹੈ ਠੀਕ ਹੈ ਤੈਨੂੰ ਸਾਫ ਗੱਲ ਦੱਸਦੀ ਹੈ ਮੈਂ ਯਾਰ ਉੱਚੀ ਬੋਲ ਕੇ ਪੁੱਛੋ ਮੈਂ ਜਿਹੜੀ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਹਿੰਦਾ ਚੋਰ ਹਾਂ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਫਿਰ ਚੋਰ ਨਹੀਂ ਮੈਂ ਚੋਰ ਹਾਂ ਮੈਂ ਤੈਨੂੰ ਮੈਂ ਕਮੱਲੇ ਦਾ ਮੋਹਤ ਮੈਂ ਤੈਨੂੰ ਮੈਂ ਹੀ ਦੇਦਾ ਮੈਂ ਚੌਂਕੀਦਾਰ ਇੱਥੇ ਤੇ ਮੈਂ ਕੀ ਹਾਂ ਮੈਂ ਚੌਂਕੀਦਾਰ ਮੈਂ ਤੈਨੂੰ ਲਾਸ਼ ਕਹਿੰਦਾ ਤੈਨੂੰ ਮੈਂ ਮੈਂ ਚੋਰ ਹਾਂ ਕਹਿ ਰਿਹਾ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਾਂਦਾ ਹੈ ਦਿਮਾਗ ਖਰਾਬ ਕਿਤੇ ਤੇਰਾ ਤੇਰੇ ਵਰਗਾ ਬਹੁਤ ਦੇਖਣੇ ਚੌਂਕੀ ਚਾਰਜ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਮੁਹੱਲੇ ਦੇ ਮੋਹਰਵਾਰ ਬੰਦੇ ਨੂੰ ਗਾਲਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਗੱਲ ਤੇ ਰਿਹਾ ਬਾਈ ਇਸੇ ਗੱਲ ਤੇ ਦੇਖ ਸਕਦੇ ਹੋ ਤਿੰਨ ਚਾਰ ਸਾਹਿਬ ਦੇ ਵੱਲੋਂ ਜਿਹੜੀ ਆਚ ਕਰਨ ਦੀ ਬਦਤਮੀਜ਼ੀ ਕੀਤੀ ਜਾ ਰਹੀ ਆ ਸੋਹਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ ਸੋ ਮੁਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮੁਹੱਲੇ ਦੇ ਉਮੀਦਵਾਰ ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜ਼ਿਆਦਾ